ਉਹਨੇ ਸਾਨੂੰ ਇੰਨੀ ਹਾਲਤ ਦੱਸੀ, ਕਹਿੰਦਾ ਵੀ ਦੇਖ ਨਹੀਂ ਸਕਦੇ ਉਹਨਾਂ ਨੂੰ ਇੰਨੀ ਉਹਨਾਂ ਦੀ ਹਾਲਤ ਪੈਣੀ ਨਾ ਉਹ ਬੋਲ ਸਕਦੇ ਵਾ। ਸਾਨੂੰ ਤਾਂ ਅਸੀਂ ਤਾਂ ਦੇਖ ਨਹੀਂ ਸਕੇ, ਅਸੀਂ ਤਿਆਰ ਹੀ ਹੋਏ ਸੀ। ਉਦੋਂ ਇੱਥੇ ਫੋਨ ਆ ਗਿਆ ਵੀ ਸ਼ਹਿਰ ਅਖਬਾਰ ਆ ਗਿਆ, ਇੱਥੇ ਪਿੰਡ 'ਚ ਮਗਰੋਂ ਆਉਂਦਾ ਸੀ ਵੀ ਭਗੌੜਾ ਕਰਾਰਦਾਰ। ਇਹ ਸੀ ਕਿ ਜਾਣਾ ਸੀ, ਸਾਨੂੰ ਪਤਾ ਲੱਗ ਗਿਆ ਵੀ ਤਾਂ ਭਗੌੜਾ ਕਰਾਰ ਦਾ ਮਤਲਬ ਬਈ ਭੱਜ ਕੇ ਸਾਡੇ ਕੋਲੋਂ ਛੜਾ ਕੇ ਲੈ ਗਿਆ, ਉਹਦਾ ਮਤਲਬ ਇਹੀ ਹੁੰਦਾ ਸੀ। ਹਾਂ ਵੀ ਖਤਮ ਕਰ ਦਾ ਪਤਾ ਹੀ ਲੱਗ ਗਿਆ ਸਭ ਨੂੰ ਵੀ, ਜਦੋਂ ਭਗੌੜਾ ਕਰਾਰ ਦੇਣ ਵੀ ਉਹ ਖਤਮ ਕਰ। ਇਹਨੇ ਪੁੱਛਿਆ ਵੀ ਤੁਹਾਡਾ ਕੀ ਹਾਲ, ਕਹਿੰਦਾ ਹਾਲ ਇਹਨਾਂ ਨੇ ਉਹ ਤੋਂ ਬੋਲਣ ਦੀ ਹਿੰਮਤ ਵੀ ਹੈਗੀ ਸੀ। ਫਿਰ ਕੱਪੜਾ ਬਣਾ ਚੱਕ ਕੇ ਖਿਆ ਲੱਤਾਂ ਤੋਂ ਖੂਨੋ ਖੂਨ ਹੋਏ ਪਏ ਸੀ। ਉੱਥੇ ਹੀ ਅਸੀਂ ਫਿਰ ਉੱਠ ਗਏ ਥਾਣੇ। ਸਾਡੇ ਦਿਮਾਗ 'ਚ ਆਈ ਬਈ ਜਿਹੜੀ ਜਿਪਸੀ ਅੰਦਰੋਂ ਨਿਕਲੀ ਸ਼ਾਇਦ ਉਹ 'ਚ ਨਾ ਲੈ ਗਏ ਹੋਣਗੇ। ਉੱਥੇ ਆਏ ਤਾਂ ਫਿਰ ਉਹਨੇ ਸਾਨੂੰ ਫਿਰ ਪਤਾ ਲਿਆ ਕੇ, ਕਹਿੰਦਾ ਆ ਗਿਆ। 25 ਦਸੰਬਰ 1992 ਦੀ ਸਵੇਰ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਹੁਣੀ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਕਥਾ ਕਰ ਰਹੇ ਸਨ। ਉਸ ਵੇਲੇ ਇਸੇ ਗੁਰਦੁਆਰਾ ਸਾਹਿਬ, ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਪੱਤੀ ਬਾਦਾ ਪਿੰਡ ਕੌਂਕੇ ਕਲਾਂ, ਇਸੇ ਗੁਰਦੁਆਰਾ ਸਾਹਿਬ ਦੇ ਅੰਦਰ ਦੀਵਾਨ ਸਜਾ ਹੋਇਆ ਸੀ। ਪਿੰਡ ਦੀ ਸੰਗਤ ਮੌਜੂਦ ਸੀ ਵੱਡੀ ਗਿਣਤੀ ਦੇ ਵਿੱਚ, 200-250 ਦੇ ਕਰੀਬ ਦੱਸਿਆ ਜਾਂਦਾ ਹੈ ਕਿ ਉਸ ਵੇਲੇ ਲੋਕਾਂ ਦੀ ਗਿਣਤੀ ਜਿਹੜੀ ਆ, ਸੰਗਤ ਦੀ ਗਿਣਤੀ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਮੌਜੂਦ ਸੀ। ਔਰ ਜਥੇਦਾਰ ਸਾਹਿਬ ਇਸੇ ਗੁਰਦੁਆਰਾ ਸਾਹਿਬ ਦੇ ਅੰਦਰ ਕਥਾ ਕਰ ਰਹੇ ਸਨ, ਸਿੱਖੀ ਦਾ ਪ੍ਰਚਾਰ ਕਰ ਰਹੇ ਸਨ। ਪੁਲਿਸ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਦੀ ਹੈ, ਪਹਿਲਾਂ ਘਰ ਜਾਂਦੇ ਨੇ, ਘਰ ਤੋਂ ਪਤਾ ਲੱਗਦਾ ਹੈ ਕਿ ਜਥੇਦਾਰ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਕਥਾ ਕਰ ਰਹੇ ਨੇ, ਤਾਂ ਪੁਲਿਸ ਇੱਥੇ ਪਹੁੰਚਦੀ ਹੈ, ਮਗਰ ਆਉਂਦੀ ਹੈ। ਔਰ ਇੱਥੋਂ ਹੀ ਉਹਨਾਂ ਨੂੰ ਪੁਲਿਸ ਆਪਣੀ ਹਿਰਾਸਤ ਦੇ ਵਿੱਚ ਲੈ ਕੇ ਚਲੀ ਜਾਂਦੀ ਹੈ, ਇੱਥੋਂ ਫਿਰ ਘਰ ਲੈ ਕੇ ਜਾਂਦੀ ਹੈ। ਪਰ ਉਸ ਵੇਲੇ ਗੁਰਦੁਆਰਾ ਸਾਹਿਬ ਦੇ ਵਿੱਚ ਕਿ ਵਾਕਈ ਜਿਹੜੀ ਹੈ ਹਿਰਾਸਤ ਦੇ ਵਿੱਚ ਲਿਆ ਗਿਆ, ਵਾਕਈ ਗ੍ਰਿਫਤਾਰੀ ਗੁਰਦੁਆਰਾ ਸਾਹਿਬ ਤੋਂ ਹੋਈ ਉਸ ਵੇਲੇ, ਕਿਉਂਕਿ 200-250 ਦੇ ਕਰੀਬ ਲੋਕ ਇੱਥੇ ਮੌਜੂਦ ਸੀ, ਉਹਨਾਂ ਦੇ ਵਿੱਚੋਂ ਇੱਕ ਸ਼ਖਸ ਸਾਡੇ ਨਾਲ ਮੌਜੂਦ ਨੇ, ਸਰਦਾਰ ਜਗਜੀਤ ਸਿੰਘ। ਉਸ ਵੇਲੇ ਇਹ ਵੀ ਇਸੇ ਗੁਰਦੁਆਰਾ ਸਾਹਿਬ ਦੇ ਅੰਦਰ ਮੌਜੂਦ ਸੀ ਜਦੋਂ ਪੁਲਿਸ ਆ ਕੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਤੋਂ ਲੈ ਕੇ ਜਾਂਦੀ ਹੈ। ਸਰਦਾਰ ਸਾਹਿਬ, ਉਸ ਦਿਨ ਕੀ ਹੋਇਆ ਸੀ, ਤੁਸੀਂ ਕਿੱਥੇ ਸੀ, ਐਗਜੈਕਟ ਸਮਝਣਾ ਚਾਹੂੰਗਾ। ਅਸੀਂ ਜੀ ਗੁਰਦੁਆਰਾ ਸਾਹਿਬ ਇਹ ਕਥਾ ਕਰਦੇ ਸੀ ਹਰ ਰੋਜ਼ ਹੀ, ਅਸੀਂ ਇੱਥੇ ਹਾਜ਼ਰ ਹੁੰਦੇ, ਸਾਰੇ ਸੰਗਤ ਬਹੁਤ ਹੁੰਦੀ ਸੀ। ਅਤੇ ਉਹਨਾਂ ਦਾ ਫਿਰ ਜਦੋਂ ਸਮਾਪਤੀ ਦਾ ਟਾਈਮ ਸੀ ਅਤੇ ਇੱਥੇ ਪੁਲਿਸ ਵਾਲੇ ਗੇਟ 'ਚ ਆ ਗਏ, ਗੁਰਮੀਤ ਸਿੰਘ ਇੰਸਪੈਕਟਰ ਸੀ, ਹੋਰ ਸੀਗੇ ਨਾਲ ਪੁਲਿਸ ਬਹੁਤ ਜ਼ਿਆਦਾ। ਅਤੇ ਉਹ ਦੱਸਿਆ ਉਹਨਾਂ ਨੂੰ ਜਾ ਕੇ ਵੀ ਇਸ ਤਰ੍ਹਾਂ ਪੁਲਿਸ ਆਈ ਆ, ਅਤੇ ਪੁਲਿਸ ਵਾਲਿਆਂ ਨੇ ਇਸ ਭਾਈ ਸਾਹਿਬ ਕਹਿੰਦੇ ਕੋਈ ਗੱਲ ਨਹੀਂ, ਪੁਲਿਸ ਆਈ ਹੈ ਤਾਂ ਚੱਲਦੇ ਹਾਂ ਆਪਾਂ। ਉਹਨਾਂ ਸਮਾਪਤੀ ਕਰਕੇ ਐਨ ਸ਼ਾਂਤੀ ਨਾਲ ਇੱਥੇ ਆਏ, ਤਾਂ ਉਹ ਕਹਿੰਦੇ ਦੱਸੋ ਜੀ, ਕਹਿੰਦੇ ਅਸੀਂ ਤੁਹਾਨੂੰ ਲੈ ਕੇ ਜਾਣਾ। ਤੁਸੀਂ ਕੋਲੇ ਸਾਰੀ ਗੱਲ? ਹਾਂਜੀ, ਕੋਲੇ ਕੋਲੇ ਸੀ ਜੀ, ਨਾਲ ਹੀ ਰਹੇ ਉੱਥੇ ਤੱਕ ਵੀ, ਆਖਿਰ ਤੱਕ ਵੀ ਉੱਥੇ ਜਾਂਦੇ ਵੀ ਰਹੇ ਹਾਂ ਥਾਣੇ 'ਚ ਵੀ। ਤਾਂ ਸਾਨੂੰ ਲੈਣ ਆਇਆ, ਉਹ ਕਹਿੰਦੇ ਦੱਸੋ ਵੀ ਸਾਨੂੰ ਵੀ ਕੀ ਹੁਕਮ ਆਇਆ, ਕਹਿੰਦੇ ਤੁਹਾਨੂੰ ਆਪੇ ਉਹ ਦੱਸ ਦੇਣਗੇ। ਚਲੋ ਅਸੀਂ ਫਿਰ ਉਹ ਕਹਿੰਦੇ ਵੀ ਮੈਂ ਬਸਰ ਵੀ ਲੈਣੇ ਆ, ਇਸ਼ਨਾਨ ਪਾਣੀ ਵੀ ਜਾ ਕੇ ਕਰਨਾ ਦੁਬਾਰਾ ਮੈਦਾਨ ਜਾ ਕੇ, ਅਤੇ ਆਪਦੇ ਵਸਤਰ ਚੱਕਣੇ, ਅਤੇ ਫਿਰ ਚਲੋ ਚੱਲਦਾ। ਕਹਿੰਦੇ ਜਵਾਬ ਤਾਂ ਦਿੰਦੇ ਨਹੀਂ ਸੀ ਉਹ, ਅਤੇ ਉਹ ਕਹਿੰਦੇ ਉਦੋਂ ਹੀ ਰੱਖ ਲੈਂਦੇ ਮੈਨੂੰ ਜੇ ਨਾ ਛੱਡਦੇ। ਅੱਛਾ, ਪਹਿਲਾਂ ਜਿਹੜਾ 5 ਦਿਨ ਪਹਿਲਾਂ ਵੀ ਲੈ ਕੇ ਗਏ? ਹਾਂਜੀ ਹਾਂਜੀ, ਪਹਿਲਾਂ ਵੀ ਲੈ ਕੇ ਸੀ। ਫਿਰ ਚਲੋ ਉਹਨਾਂ ਨੇ ਇੱਥੋਂ ਅਸੀਂ ਚਲੇ ਗਏ, ਨਾਲ ਸੰਗਤ ਵੀ ਸਾਰੀ ਚਲੀ ਗਈ ਘਰੇ। ਹਾਂਜੀ, ਘਰੇ ਘਰੇ ਸਾਨੂੰ ਅੰਦਰ ਨਹੀਂ ਜਾਣ ਦਿੱਤਾ।
ਉਰੇ ਗੇਟ ਆ ਆਪਣਾ ਜਿੱਥੇ ਇੱਕ ਸੜਕ ਆ ਹੈਂਡ ਮੋੜ ਦੀ ਮੋੜ ਪੈਂਦਾ, ਹਾਂਜੀ ਉੱਥੇ ਆਪ ਰੁਕ ਗਏ, ਉੱਥੇ ਸਾਨੂੰ ਰੋਕ ਲਿਆ। ਅਸੀਂ ਕਿਹਾ ਵੀ ਅਸੀਂ, ਕਹਿੰਦੇ ਨਹੀਂ ਕੋਈ ਨਹੀਂ ਜਾ ਸਕਦਾ। ਚੱਲ ਇਹ ਟਾਈਮ ਲੱਗ ਗਿਆ ਥੋੜ੍ਹਾ ਜਿਹਾ, ਅਸੀਂ ਗੱਲਾਂ ਬਾਤਾਂ ਜੀ ਲਾਗੇ ਕਰਨ ਉਹਨਾਂ ਨਾਲ। ਅਸੀਂ ਆਖਿਆ ਵੀ, ਮੈਂ ਕਿਹਾ ਸਾਹਿਬ ਦੱਸੋ ਵੀ ਸਾਨੂੰ ਕਾਹਤੋਂ ਲਿਜਾਂਦੇ ਉਹਨਾਂ ਨੂੰ, ਵੀ ਹੁਣੇ ਤਾਂ ਇਹ ਆਏ ਆ। ਕਹਿੰਦੇ ਪਹਿਲਾਂ ਤਾਂ ਅਸੀਂ ਕਿਹਾ ਜਿਵੇਂ ਇਹਨਾਂ ਨੂੰ ਕਿਹਾ ਭਾਈ ਸਾਹਿਬ ਨੂੰ ਵੀ ਸਾਨੂੰ ਹੁਕਮ ਹੋਇਆ। ਫਿਰ ਅਸੀਂ ਕਿਹਾ ਵੀ ਹੁਕਮ ਤਾਂ ਹੋਇਆ ਪਰ ਸਾਨੂੰ ਪਤਾ ਤਾਂ ਲੱਗੇ ਵੀ ਨਾ ਹਰੇਕ ਵਾਰੀ ਲਿਜਾਂਦੇ ਹਾਂ ਨਾ ਤਾਂ ਕੋਈ ਕੇਸ ਹੁੰਦਾ। ਉੱਥੇ ਇਹਨਾਂ ਨੂੰ ਤੰਗ ਕਰਕੇ ਫਿਰ ਤੁਸੀਂ ਸੀ ਵੀ ਢਿੱਲੇ, ਉਦੋਂ ਜੇਲ੍ਹ 'ਚ ਢਿੱਲੇ ਹੋ ਗਏ ਸੀ। ਚੱਲ ਫਿਰ ਕਹਿੰਦਾ ਵੀ ਤੁਸੀਂ ਇਹਨਾਂ ਨੂੰ ਨਾ ਜਾਣ ਦਿਆ ਕਰੋ ਬਾਹਰ ਪ੍ਰਚਾਰ ਕਰਨ, ਅਸੀਂ ਨਹੀਂ ਲਿਜਾਂਦੇ। ਮੈਂ ਕਿਹਾ ਜੀ ਅਸੀਂ ਸਾਰੇ ਸੰਗਤ ਖੜ੍ਹੀ ਆ, ਸਾਤੋਂ ਭਾਵਾਂ ਸਹੁੰ ਖਵਾ ਲਓ ਵੀ ਜਿੱਦਣ ਦੇ ਹੁਣ ਇਹ ਇੱਥੇ ਆਏ ਆ ਨਾ ਇਹ ਕਿਤੇ ਨਹੀਂ ਗਏ ਬਾਹਰ। ਮਤਲਬ ਉਹਨਾਂ ਦਾ ਕਹਿਣਾ ਸੀ ਪ੍ਰਚਾਰ ਕਰਨ ਨਾ ਜਾਣ। ਹਾਂ ਪ੍ਰਚਾਰ ਕਰਨ ਨਾ ਜਾਣ, ਕਿਉਂਕਿ ਉਹਨਾਂ ਨੂੰ ਜੈਲ ਸੀਗੀ ਜਿਉਂ ਦੇ ਅਕਾਲ ਦਲ ਦੇ ਜਥੇਦਾਰ ਬਣੇ ਸੀ ਨਾ ਇਹ, ਉਦੋਂ ਤੋਂ ਹੀ ਥੋੜ੍ਹਾ ਜਿਹਾ ਲੱਗਣ ਲੱਗ ਗਏ ਇਹਨਾਂ 'ਤੇ ਬਸ। ਅਤੇ ਅਸੀਂ ਕਿਹਾ ਜੀ ਵੀ ਪ੍ਰਚਾਰ ਕਰਨ ਅਸੀਂ ਸਹੁੰ ਦਿੰਦੇ ਹਾਂ ਵੀ ਜਦੋਂ ਦੇ ਹੁਣ ਇਹ ਦੁਬਾਰਾ ਆਇਆ ਕਿਤੇ ਨਹੀਂ ਜਾਂਦੇ ਤਾਂ ਸਰੀਰ ਢਿੱਲਾ ਇਹਨਾਂ ਦਾ। ਅਤੇ ਕਹਿੰਦੇ ਫਿਰ ਜਿਹੜੇ ਤੁਹਾਡੇ ਪਿੰਡ ਦੇ ਮੁੰਡੇ ਆਪਣੇ ਭੱਜੇ ਹੋਏ ਆ ਉਹਨਾਂ ਨੂੰ ਪੇਸ਼ ਕਰਾ ਦਿਓ, ਉਹ ਇਹਨਾਂ ਕੋਲ ਆਉਂਦੇ ਆ ਜਾਂਦੇ ਐਂ ਕਰਦੇ, ਵਹਿ ਬਹੁਤ ਕੁਛ ਕਿਹਾ। ਅਸੀਂ ਕਿਹਾ ਜੀ ਹੁਣ ਅਸੀਂ ਮੁੰਡਿਆਂ ਨੂੰ ਕਿੱਥੋਂ ਪੇਸ਼ ਕਰਾ ਦਈਏ, ਸਾਨੂੰ ਪਤਾ ਹੀ ਨਹੀਂ ਕਿੱਥੇ ਰਹਿੰਦੇ ਉਹ। ਕਹਿੰਦਾ ਉਹਨਾਂ ਦੇ ਘਰਦਿਆਂ ਨੂੰ ਕਹੋ। ਮੈਂ ਕਿਹਾ ਘਰਦੇ ਕਿਹੜਾ ਇੱਥੇ ਹੈਗੇ ਆ, ਕੋਈ ਰਹਿੰਦਾ ਨਹੀਂ ਡਰਦਾ ਘਰੇ। ਕਹਿੰਦਾ ਅਸੀਂ ਉਹ ਸੋਹਣਿਆਂ ਤੋਂ ਪੇਸ਼ ਕਰਾਇਆ, ਹੁਣ ਤੁਹਾਨੂੰ ਪਤਾ ਹੀ ਹੋਊਗਾ, ਉਹ ਅਸੀਂ ਜੇਲ੍ਹ 'ਚ ਭੇਜਤਾ, ਚੱਲ ਉਹ ਥੋੜ੍ਹਾ ਘਣਾ ਟਾਈਮ ਰਹਿ ਕੇ ਆਜੂਗਾ। ਅਸੀਂ ਕਿਹਾ ਜੀ ਸਾਨੂੰ ਪਤਾ ਹੋਵੇ ਫੇਰ ਹੀ ਆ। ਫਿਰ ਅਸੀਂ, ਮੈਂ ਕਿਹਾ ਜੀ ਨਾ ਤਾਂ ਲੋਕਾਂ ਨੂੰ ਤੁਹਾਡੇ 'ਤੇ ਵਿਸ਼ਵਾਸ ਜਿਹਾ ਰਿਹਾ ਅਤੇ ਨਾ ਹੀ ਤੁਹਾਨੂੰ ਲੋਕਾਂ 'ਤੇ ਰਿਹਾ। ਕਹਿੰਦਾ ਉਹ ਕਿਵੇਂ? ਮੈਂ ਜੀ ਸਾਡੇ ਪਿੰਡੋਂ ਤੁਸੀਂ ਉਹ ਦੂਜੇ ਅਖਬਾਰ ਤੋਂ ਲੈ ਗਏ ਸੀ, ਕੀ ਉਹਨੂੰ ਤੀਆ ਕਹਿੰਦੇ ਮੁੰਡੇ ਨੂੰ, ਅਤੇ ਤੁਸੀਂ ਮੁੰਡਾ ਲੈ ਕੇ ਗਏ ਇੱਥੇ ਲੋਕਾਂ ਦੇ ਸਾਹਮਣੇ ਲੈ ਗਏ ਆ, ਅਤੇ ਅੱਜ ਥੋੜ੍ਹੇ ਦਿਨਾਂ ਬਾਅਦ ਤੁਸੀਂ ਕਹਿਤਾ ਉਹ ਭਗੌੜਾ ਹੋ ਗਿਆ। ਅੱਛਾ, ਥੋੜ੍ਹੇ ਦਿਨ ਪਹਿਲਾਂ ਪਿੰਡ ਦਾ ਹੋਰ ਮੁੰਡਾ ਲੈ ਕੇ ਗਏ ਸੀ, ਗੁਰੂ ਸਾਹਿਬ ਦੇ ਰਾਹ ਤੋਂ ਜੀ, ਉਹ ਮਾਰਤਾ ਵੀ? ਹਾਂਜੀ ਹਾਂ ਮਾਰਤਾ। ਅਤੇ ਫਿਰ ਤੁਸੀਂ ਐਂ ਕਹਿੰਦੇ ਫਿਰ ਡਰਦਾ ਕਦੋਂ ਕੋਈ ਜਾਂਦਾ ਪੇਸ਼ ਕਰਾਉਂਦਾ ਹੈ ਨਾ, ਅਤੇ ਬਾਕੀ ਉਹ ਜੇ ਘਰੇ ਪਾਉਂਦੇ ਨਹੀਂ ਕਰਦੇ ਤਾਂ ਉਹਨਾਂ ਦੇ ਆਪ ਦੁਖੀ ਆ। ਅਤੇ ਚੱਲ ਇੰਨੀਆਂ ਗੱਲਾਂ ਹੁੰਦੀਆਂ ਨੂੰ ਸਾਡੇ ਫਿਰ ਉਹ ਥੋੜ੍ਹਾ ਔਖਾ ਬੋਲਿਆ। ਫਿਰ ਜਦੋਂ ਮੈਂ ਕਿਹਾ, ਕਹਿੰਦਾ ਤੁਸੀਂ ਉਹ ਪੇਸ਼ ਕਰਾ ਕੇ ਆਏ ਸੀ ਜਿਹਨੂੰ ਅਸੀਂ ਲਗਾਏ ਸੀ? ਉਹ ਤਾਂ ਅਸੀਂ ਆਪ ਲਗਾਏ ਸੀ, ਸਾਨੂੰ ਉਹਦੇ ਸੀ ਆਈ ਡੀ ਸੀ, ਉਹਦੇ ਕੋਲ ਅਸਲਾ ਪਿਆ ਸੀ, ਇੰਨਾ ਅਸਲਾ ਲੈ ਕੇ ਗਏ ਹਾਂ, ਮੁੰਡੇ ਆਉਂਦੇ ਸੀ ਉਹਦੇ ਕੋਲ, ਅਤੇ ਉਹਨਾਂ ਨੂੰ ਭਾਈ ਸਾਹਿਬ ਆ ਗਏ, ਉਹ ਕਹਿੰਦੇ ਚਲੋ ਇਹ ਲੈ ਗਏ। ਫਿਰ ਅਸੀਂ ਮਗਰ ਵੀ ਗਏ, ਉਹ ਤਾਂ ਸਾਨੂੰ ਕੋਈ ਪਤਾ ਪੁਤਾ ਨਹੀਂ ਲੱਗਾ, ਅਤੇ ਨਾ ਹੀ ਕੋਈ ਬਣ ਤਾਂ ਦਿੰਦੇ ਹੀ ਨਹੀਂ ਸੀ। ਦੂਜੇ ਦਿਨ ਫਿਰ ਗਏ, ਕੁਕਲੇਰਾ ਸੀ ਨਾ ਬਾਈ, ਉਹਨੇ ਆ ਕੇ ਅੰਦਰ ਕਿਤੇ ਗਈ ਸੀ, ਉਹਨਾਂ ਦੀ ਐਸ ਐਸ ਪੀ ਦੀ ਮੇਰਾ ਖਿਆਲ ਆ ਘਰ ਵਾਲੀ ਨਾਲ ਫਰੈਂਡਸ਼ਿਪ ਸੀ। ਅੱਛਾ, ਉਹ ਫਰੈਂਡ ਸੀ ਉਹਨਾਂ ਦੀ, ਉਹ ਕਿਲਿਆਂ ਦੀ ਬੁੜੀ, ਉਹਨੇ ਫਿਰ ਅੰਦਰੋਂ ਆਈ ਸੀ ਕਿਤੇ ਹੋਰ ਕੇਸ 'ਚ, ਅਤੇ ਜਦ ਬਾਹਰ ਨਿਕਲੀ ਉਹਨੇ ਸਾਨੂੰ ਦੱਸਿਆ ਦੁੱਸਿਆ, ਅਸੀਂ ਮੂਹਰੇ ਉੱਥੇ ਖੜ੍ਹੇ, ਬੀਬੀ ਜੀ ਵੀ ਨਾਲ ਸੀ ਸਾਡੇ, ਹੋਰ ਵੀ ਸੀ ਬਹੁਤ ਬੰਦੇ, ਅਤੇ ਉਹ ਕਹਿੰਦੀ ਵੀ ਮੈਂ ਜਾਂਦੀ ਹਾਂ, ਵੀ ਉਹਨਾਂ 'ਤੇ ਇੰਟਰਗੇਟ ਕੀਤਾ ਹੋਇਆ, ਕੁੱਟਮਾਰ ਕੀਤੀ ਆ ਉਹਨਾਂ ਨੇ। ਅਤੇ ਫਿਰ ਉਹਨੇ ਕੱਪੜਾ ਗਦੇਲਾ ਮੇਰਾ ਖਿਆਲ ਆ ਫੜਾ ਕੇ ਆਈ ਸੀ ਅੰਦਰ, ਉਸਨੇ ਮੰਗਾਇਆ ਕੀੜੇ ਰੂੜੇ ਦੇ ਕੇ, ਉਹਨੇ ਥੋੜ੍ਹੀ ਬਾਹਰ ਗੱਲ ਲੀਕ ਜੀ ਕਰਤੀ, ਫਿਰ ਇਹ ਕਿਸੇ ਨੂੰ ਬਣਨ ਜਮਾਂ ਹੀ ਹਟ ਗਏ, ਬਣ ਨਹੀਂ ਦਿੰਦੇ ਸੀ। ਤੁਹਾਨੂੰ ਉਸ ਤੋਂ ਬਾਅਦ ਮਿਲ ਨਹੀਂ ਦਿੱਤਾ? ਨਹੀਂ, ਮਿਲ ਨਹੀਂ ਦਿੱਤਾ ਜੀ। ਫਿਰ ਉਸ ਤੋਂ ਬਾਅਦ ਕੀ ਚਰਚਾਵਾਂ ਸੁਣੀਆਂ ਤੁਸੀਂ? ਫਿਰ ਅਸੀਂ ਜਾਂਦੇ ਸੀ ਹਰ ਕੋਈ, ਸਾਨੂੰ ਇੱਕ ਡਾਕਟਰ ਜਾਂਦਾ ਸੀ ਅੰਦਰ, ਉਹ ਜਿਵੇਂ ਜਿਹੜੇ ਬੈਠੇ ਹੁੰਦੇ ਸੀ ਨਾ ਫੜੇ ਫੁੜੇ, ਉਹਨਾਂ ਨੂੰ ਗੋਲੀ ਗੱਟਾ ਦੇ ਕੇ ਆਉਂਦਾ ਸੀ ਮਾੜਾ ਮੋਟਾ, ਉਹ ਸਾਨੂੰ ਥੋੜ੍ਹੀ ਵਾਰੀ ਦੱਸ ਦਿੰਦਾ ਸੀ ਆ ਕੇ ਵੀ ਹੁਣ ਇਸ ਤਰ੍ਹਾਂ ਹੁਣ ਇਸ ਤਰ੍ਹਾਂ। ਅਤੇ ਫਿਰ ਦੂਜੇ ਤੀਜੇ ਦਿਨ ਇਹ ਸਟਾਫ 'ਚ ਲੈ ਗਏ,
ਤੇ ਇੱਥੋਂ ਜਾਣੀ ਕੁੱਟੇ ਹੋਏ ਸੀਗੇ। ਫਿਰ ਸਟਾਫ ਚਲੇ ਜਾ ਕੇ ਅਸੀਂ ਉੱਥੇ ਵੀ ਗਏ, ਪ੍ਰਸ਼ਾਦਾ ਲੈ ਕੇ ਜਾਂਦੇ ਨਿੱਤ, ਅਸੀਂ ਕਹਿ ਕੁ ਕੇ ਸਮਝਣਾ, ਫਿਰ ਪ੍ਰਸ਼ਾਦਾ ਆਪ ਫੜ ਲੈਣਾ, ਕਹਿੰਦੇ ਅਸੀਂ ਦੇ ਦੇਵਾਂਗੇ ਪਰ ਤੂੰ ਜਾਣ ਨਹੀਂ ਦੇਣਾ। ਦੂਏ ਦਿਨ ਭਾਂਡੇ ਫੜਾਉਂਦੇ ਸੀਗੇ ਸਾਨੂੰ, ਉਹ ਪਤਾ ਨਹੀਂ ਛੱਕਦੇ ਸੀ ਜਾਂ ਆਪ ਹੀ ਛੱਕ ਛੁੱਕ ਕੇ ਫੜਾਉਂਦੇ ਸੀ। ਅਤੇ ਉੱਥੇ ਅਸੀਂ ਫਿਰ ਗਏ ਤਾਂ ਇੱਕ ਆਪਣਾ ਹਰਣੀਆਂ ਤੋਂ ਆਇਆ ਸੀਗਾ, ਮਲਕੀਤ ਸਿੰਘ ਸੀ ਉਹਦਾ ਨਾਂ, ਮੇਰਾ ਖਿਆਲ ਆ ਉੱਥੋਂ ਦੇ MLA ਦਾ ਲੜਕਾ ਸ਼ਾਇਦ, ਅਤੇ ਉਹ ਸੋਢੀ ਨੂੰ ਜਾਣਦਾ ਸੀ। ਅਸੀਂ ਉਹਦੇ 'ਤੇ ਪਹੁੰਚ ਕੀਤੀ ਇੱਥੇ ਸਾਡੇ ਪਿੰਡ ਦੇ ਬੰਦਿਆਂ ਨੇ, ਉਹ ਕਹਿੰਦਾ ਮੈਂ ਲੈ ਦਿੰਦਾ ਪਤਾ। ਅਸੀਂ ਬਾਹਰ ਬੈਠੇ, ਸਾਡੀ ਗੱਲ ਨਾ ਹੋਈ ਕੋਈ ਵੀ, ਅਤੇ ਆਥਣ ਤਿੱਕਰ ਉੱਥੋਂ ਫਿਰ ਦੋ ਜਿਪਸੀਆਂ ਨਿਕਲੀਆਂ, ਇੱਕ ਤਾਂ ਬਾਹਰ ਹੀ ਖੜੀ ਸੀ, ਇੱਕ ਅੰਦਰੋਂ ਨਿਕਲੀ, ਉਹਦੇ 'ਤੇ ਬਹਾ ਕੇ ਕਿਤੇ ਇਹ ਉਸ ਛਾਣੇ 'ਚ ਫੇਰ ਲਿਆਏ। ਸਾਨੂੰ ਨਹੀਂ ਸੀ ਪਤਾ ਨਿਕਲਦਾ ਲੱਗੇ ਕਿ ਅੰਦਰ ਪਾ ਲਏ ਹੋਣੇ ਉਹਨਾਂ ਦੇ ਜਿਪਸੀ 'ਚ, ਉਹ ਫਿਰ ਉਹ ਆਪ ਗਿਆ ਅੰਦਰ ਜਿਹੜਾ ਅਸੀਂ ਲੈ ਗਏ ਸੀ। ਉਹਨੇ ਸੋਢੀ ਨੂੰ ਪੁੱਛਿਆ ਜਾ ਕੇ ਵੀ ਤੁਸੀਂ ਦੱਸ ਤਾਂ ਦਿਓ, ਅਤੇ ਕਹਿੰਦੇ ਹੈ ਹੀ ਨਹੀਂ ਸਾਡੇ ਕੋਲ ਤਾਂ। ਉਹਨੇ ਦੇਖਿਆ, ਕਹਿੰਦੇ ਦੇਖ ਲਾ ਤੂੰ, ਦੇਖਿਆ ਦੁਖਿਆ ਸਾਨੂੰ ਆ, ਕਹਿੰਦਾ ਵੀ ਹੈ ਨਹੀਂ ਉੱਥੇ, ਅਸੀਂ ਵੀ ਇੱਥੇ ਸੀਗੇ, ਪੱਕੀ ਗੱਲ ਆ ਵੀ ਇੱਥੇ ਸੀਗੇ, ਪਤਾ ਹੀ ਸਾਨੂੰ। ਕਹਿੰਦਾ ਮੈਂ ਹੈ ਨਹੀਂ ਹੁਣ, ਚਲੋ ਉਹ ਤਾਂ ਕਹਿ ਕੁ ਉੱਠ ਗਿਆ। ਸਾਨੂੰ ਉਦੋਂ ਨੂੰ ਕੈਪਟਨ ਸਾਹਿਬ ਆ ਗਏ, ਜਿਹੜੇ ਉਹ ਆਪਣੇ ਸੰਤਾਂ ਦੇ ਭਰਾ ਸੀ ਫੌਜੀ ਹਰਚਰਨ ਸਿੰਘ, ਉਹ ਸਾਨੂੰ ਕਹਿੰਦੇ ਵੀ ਅੰਦਰ ਆਇਓ ਸਾਡੇ ਨਾਲ, ਵੀ ਧੱਕਾ ਲਾਉਣਾ, ਟਰੈਕਟਰ ਕਿਸੇ ਦਾ ਅੰਦਰ ਕੀਤਾ ਹੋਇਆ ਸੀ ਪਛਾਣਾਉਣਾ ਸੀ। ਅਸੀਂ ਉਹਨਾਂ ਨੂੰ ਪੁੱਛਿਆ ਵੀ ਉਹ ਸਾਨੂੰ ਪਤਾ ਨਹੀਂ ਲੱਗਦਾ ਭਾਈ ਸਾਹਿਬ ਦਾ, ਕਹਿੰਦਾ ਉਹ ਤਾਂ ਉਹਨਾਂ ਦਾ ਚਲਾਣ ਚਲੂਣ ਕਰਕੇ ਭੇਜਤੇ, ਬਾਹਰ ਭੇਜਤੇ ਕਿਤੇ, ਉੱਥੇ ਕੇਸ ਪਾ ਤਾ ਪਿੰਡ ਦਾ ਕੋਈ ਮੁੰਡੇ ਮਾਂਡੇ ਦਾ। ਚੱਲ ਜੀ ਅਸੀਂ ਉੱਠ ਗਏ, ਉੱਥੇ ਹੀ ਅਸੀਂ ਫਿਰ ਉੱਠ ਗਏ ਥਾਣੇ 'ਚ। ਸਾਡੇ ਦਿਮਾਗ 'ਚ ਆਈ ਬਈ ਜਿਹੜੀ ਜਿਪਸੀ ਅੰਦਰੋਂ ਨਿਕਲਿਆ ਸ਼ਾਇਦ ਉਹ 'ਚ ਨਾ ਲੈ ਗਏ ਹੁਣ, ਉੱਥੇ ਆਏ ਤਾਂ ਫਿਰ ਉਹਨੇ ਸਾਨੂੰ ਫਿਰ ਪਤਾ ਲਿਆ ਕੇ ਦਿੱਤਾ, ਕਹਿੰਦਾ ਆ ਗਏ। ਪਰ ਉਹਨਾਂ ਨੇ ਉਹ ਕਿਹਾ ਵੀ ਮੈਂ ਠੀਕ ਹਾਂ ਅੱਗੇ ਨੂੰ, ਵੀ ਬਾਹਲਾ ਨਹੀਂ ਮੈਨੂੰ ਉੱਥੇ ਕੁਛ ਕਿਹਾ, ਅਤੇ ਮੈਨੂੰ ਸਵੇਰ ਨੂੰ ਮੂੰਗੀ ਦੀ ਦਾਲ ਨਾਲ ਫੁਲਕਾ ਇੱਕ ਪਹੁੰਚਾ ਦਿਓ ਅੱਜ ਰਾਤ ਨੂੰ। ਚੱਲ ਅਸੀਂ ਉੱਥੇ ਹੀ ਬੈਠੇ ਰਹੇ, ਫਿਰ ਇਹ ਹਨੇਰੇ 'ਚ ਹੋਏ ਆਏ, ਪਹਿਲਾਂ ਆਏ ਨਾ ਕੁੱਟ ਕੇ ਉੱਥੋਂ ਚੰਗੇ ਤਸੀਹੇ ਦੇ ਕੇ ਇਹ ਉੱਠ ਗਏ, ਅਤੇ ਫਿਰ ਆਪ ਹੁੰਦਾ ਸੀ SSP SSP ਆਪ ਹੁੰਦੇ, ਚਾਰੇ ਇਕੱਠੇ ਹੁੰਦੇ ਜੀ, ਕਿਹੜਾ ਚਾਰ ਜਿਪਸੀਆਂ 'ਚ SSP ਘੋਟਣਾ, ਸਵਰਨ ਸਿੰਘ ਕਹਿੰਦੇ ਘੋਟਣਾ, ਅਤੇ ਦੂਜਾ ਸੀਗਾ ਸੋਢੀ DSP ਸੀ ਸਟਾਫ ਦਾ, ਇੱਕ ਅਮਲਜੀਤ ਸੀ DSP, ਇੱਕ ਇੰਸਪੈਕਟਰ ਹੁੰਦਾ ਸੀ ਆਪਣਾ ਗੁਰਮੀਤ ਸਿੰਘ, ਸਾਰੇ ਟੋਰਚਰ ਕਰਦੇ ਹਾਂ, ਚਾਰੇ ਜੀ, ਹਾਂ ਚਾਰੇ ਪੱਕੇ ਸੀ ਇਹ। ਅਤੇ ਸਾਡੇ ਬੈਠਿਆਂ ਇਹ ਉਹ ਫਿਰ ਪਤਾ ਲੈਣ ਗਿਆ ਅੰਦਰ ਡਾਕਟਰ, ਅਤੇ ਜਦੋਂ ਆਇਆ ਉਹ ਸਾਨੂੰ ਇਹ ਚਲੇ ਗਏ ਉੱਥੇ, ਜੋ ਹਜੇ ਅੰਦਰ ਹੀ ਸੀ ਉਹ, ਉਹਨੂੰ ਘੂਰਿਆ ਕਰ ਉਹਨੇ ਸਵੈਟਰ ਨੂੰ ਤੂੰ ਕਰਦਾ ਇੱਥੇ, ਇਹ ਉਦੋਂ ਉਹਨਾਂ ਨੂੰ ਮਿਲ ਕੇ ਆਇਆ ਭਾਈ ਸਾਹਿਬ ਨੂੰ, ਇਹਨੇ ਪੁੱਛਿਆ ਵੀ ਤੁਹਾਡਾ ਕੀ ਹਾਲ ਆ, ਕਹਿੰਦਾ ਹਾਲ ਇਹਨਾਂ ਨੇ ਉਹ ਤੋਂ ਬੋਲਣ ਦੀ ਹਿੰਮਤ ਵੀ ਹੈ ਨਹੀਂ ਸੀ, ਫਿਰ ਕੱਪੜਾ ਬਣਾ ਚੱਕ ਕੇ ਦਿਖਾਇਆ ਲੱਤਾਂ 'ਤੇ ਖੂਨੋ ਖੂਨ ਹੋਏ ਪਏ ਸੀ, ਅਤੇ ਫਿਰ ਉਹਨੇ ਸਾਨੂੰ ਆ ਕੇ ਦੱਸਿਆ ਵੀ ਮੈਨੂੰ ਵੀ ਘੂਰਿਆ ਉਹਨਾਂ ਨੇ, ਅਤੇ ਤੁਸੀਂ ਇੱਥੋਂ ਚਲੇ ਜਾਓ ਹੁਣ, ਵੀ ਹੋ ਸਕਦਾ ਇੱਥੇ ਵੀ ਆਉਣ ਉਹ। ਅਸੀਂ ਹੋਰ ਪਾਸੇ ਜਾ ਕੇ ਬਹਿ ਗਏ, ਫਿਰ ਇਹਨਾਂ ਦੀਆਂ ਜਿਪਸੀਆਂ ਅੰਦਰੋਂ ਨਿਕਲੀਆਂ, ਉਦੋਂ ਬਾਅਦ ਉੱਠ ਗਏ ਅਸੀਂ, ਉੱਠਿਆ ਤਾਂ ਉਦੋਂ ਬਾਅਦ ਆਏ, ਫਿਰ ਉੱਦਾਂ ਹੀ ਰਾਤ ਨੂੰ ਫਿਰ ਇਹਨੂੰ ਕੁਛ ਕਰਤਾ। ਸਵੇਰ ਨੂੰ ਅਸੀਂ ਉੱਥੇ ਆਪਣਾ ਆਇਆ ਸੀਗਾ, ਜੀ ਲੰਘ ਜਾਣ ਦਿਓ ਜੀ, ਅਸੀਂ ਸਵੇਰ ਨੂੰ ਫਿਰ ਉਹ ਆਇਆ ਸੀਗਾ ਉੱਥੇ, ਆਪਾਂ ਆਉਣਾ ਸੀਗਾ, ਸੱਦਿਆ ਸੀ ਕਿਹੜਾ ਬੰਦਾ ਸੀ ਉਹ ਆਪਣਾ, ਹਾਂ ਹਾਈਕੋਰਟ ਤੋਂ, ਹਾਂ ਹਾਂ ਹਾਈਕੋਰਟ ਤੋਂ, ਅਤੇ ਉਹਨਾਂ ਨੇ ਅਸੀਂ ਫਿਰ ਰਾਤ ਨੂੰ ਸਲਾਹ ਕੀਤੀ ਬੀਬੀ ਜੀ, ਕਹਿੰਦੇ ਆਪਾਂ ਚੱਲਣਾ ਨਾਲ ਜਾਣਾ ਪੈਣਾ ਆਪਾਂ ਨੂੰ ਇਹਨਾਂ ਦੇ, ਅਤੇ
ਗੱਲ ਆਪਣੀ ਲੀਕ ਨਾ ਹੋ ਜਾਵੇ। ਅਤੇ ਅਸੀਂ ਫਿਰ ਸੁਭਾਸ਼ ਗੇਟ ਕੋਲ ਪੈਂਦਾ ਉੱਥੇ ਕਢਿਆ ਕੇ ਉਹਨੂੰ ਗੱਡੀ 'ਚ ਬੁਹਾ ਕੇ ਜੀ ਅਸੀਂ ਨਾਲ ਚਲੇ ਗਏ ਜੀ। ਸਾਨੂੰ ਤਾਂ ਉਹਨਾਂ ਨੇ ਅੰਦਰ ਨਹੀਂ ਬਣ ਦਿੱਤਾ ਜੀ, ਉੱਦਣ ਬੀਬੀ ਜੀ ਨੂੰ ਕਹਿ ਤਾ ਵੜ ਜਾਓ ਅੰਦਰ। ਹਾਂ ਉਹ ਅੰਦਰ ਗਏ ਸੀ। ਹਾਂ ਜੀ, ਇਹਨਾਂ ਨੇ ਫਿਰ ਬਾਜਾਂ ਮੁੱਜਾਂ ਮਾਰੀਆਂ ਭਾਈ ਸਾਹਿਬ ਕਹਿ ਕੇ, ਅਤੇ ਕੋਈ ਜੀ ਨਹੀਂ ਸੀ, ਕੋਈ ਬੋਲਿਆ ਹੀ ਨਹੀਂ ਉੱਥੋਂ, ਹੈ ਹੀ ਨਹੀਂ ਸੀ ਉਹ। ਅਤੇ ਫਿਰ ਉਦੋਂ ਕੰਮ ਹੋ ਗਿਆ। ਹਾਂਜੀ ਹੋ ਗਿਆ ਸੀ, ਕਿਤੇ ਇਹਨਾਂ ਦੇ ਰੱਖੇ ਹੋਏ ਸੀ। ਹੋਰ ਐਲਾਨ ਤਾਂ ਉਹਨੇ ਮਗਰੋਂ ਕੀਤਾ, ਅਤੇ ਜਾਂ ਉਈ ਜਾਣ ਕੇ ਐਲਾਨ ਮਗਰੋਂ ਕੀਤਾ ਵੀ ਲੋਕ ਭੜਕ ਜੇ ਨਾ ਉੱਠਣ ਛੇਤੀ, ਵੀ ਪਹਿਲਾਂ ਸਰੀਰ ਉਹਨਾਂ ਦਾ ਖਪਾ ਦਈਏ ਕਿਤੇ ਸਾਂਭ ਦਈਏ, ਹੈ ਨਾ। ਫਿਰ ਅਸੀਂ ਉਹਦੇ 'ਚ ਦੇਖ ਕੇ, ਬੀਬੀ ਜੀ ਕਹਿੰਦੇ ਵੀ ਕੋਈ ਨਹੀਂ ਉੱਥੇ ਹੈ, ਇੱਕ ਇੰਸਪੈਕਟਰ ਦੇ ਜਿਹੜਾ ਕਮਰਾ ਉਹਨੂੰ ਜਿੰਦਾ ਲੱਗਾ ਹੋਇਆ ਬਾਹਰੋਂ। ਅਤੇ ਅਸੀਂ ਫਿਰ ਸਟਾਫ 'ਚ ਗਏ, ਸਟਾਫ ਜਾ ਕੇ ਉੱਥੇ ਵੀ ਹੈ ਨਹੀਂ ਸੀ। ਅਤੇ ਫਿਰ ਉੱਥੇ ਗਏ ਆਪਣੇ ਐਸ ਪੀ ਸੀ ਦਫ਼ਤਰ, ਉੱਥੇ ਉਹ ਬੰਦਾ ਆਪ ਹੀ ਗਿਆ ਅੰਦਰ ਜਿਹੜਾ ਉਹ ਭੇਜਿਆ ਹੋਇਆ ਸੀ। ਉੱਥੇ ਵੀ ਉੱਥੇ ਤਾਂ ਕੀ ਹੋਣਾ ਸੀ ਉਹਦਾ, ਉਹ ਵੀ ਵਿਦਾ ਕਰਤੇ ਸੀ ਹਾਰ ਹੂਰ ਪਾ ਕੇ। ਅਤੇ ਉਸ ਤੋਂ ਬਾਅਦ ਫਿਰ ਅਸੀਂ ਜੀ ਥੋੜ੍ਹਾ ਜਿਹਾ ਅੱਗੋਂ ਵੀ ਗਏ ਸੀ, ਅਸੀਂ ਇੱਥੇ ਸੰਤ ਨਾਰਾਇਣ ਸਿੰਘ ਜੀ ਸੀ ਉਹਨਾਂ ਕੋਲ ਅਸੀਂ ਗਏ ਸੀ। ਐਸ ਐਸ ਪੀ ਕੁਆਟਰ ਜੀ ਉਦੋਂ ਹੀ ਬਦਲੀ ਹੋਈ ਹੈ, ਉਹਦੇ ਹੋ ਗਈ ਜੀ ਉਦਣੇ। ਹਾਂ, ਹਾਰ ਹੂਰ ਪਾ ਕੇ ਬਦਲੀ ਕੀਤੀ ਉਹਨਾਂ ਨੇ, ਛੋਟੀ ਦੀ ਵੀ ਹੋ ਗਈ ਉਹਦੀ ਵੀ ਦੋਵਾਂ। ਜਾਂਦੇ ਜਾਂਦੇ ਕੰਮ ਕਰ ਗਏ, ਜਾਂਦੇ ਜਾਂਦੇ ਕਰ ਗਏ ਇਹ ਕੰਮ ਕਰਕੇ ਜਦੋਂ ਚਲੇ ਗਏ ਨਾ, ਉਦੋਂ ਬਾਅਦ ਐਲਾਨ ਕੀਤਾ ਨਾ। ਅੱਛਾ, ਉਸ ਤੋਂ ਫਿਰ ਤੁਹਾਨੂੰ ਜਿਹੜਾ ਕਿਸੇ ਨੇ ਦੱਸਿਆ, ਕੀ ਦੱਸਿਆ ਵੀ ਇਹਨਾਂ ਦੇ ਨਾਲ ਕੀ ਕੀਤਾ ਅੰਤ ਵੇਲੇ, ਲਾਸ਼ ਨਾਲ ਕੀ ਕੀਤਾ? ਜਿਸ ਤਰ੍ਹਾਂ ਉਹ ਕਰਦੇ ਹੁੰਦੇ ਆ ਚੱਡੇ ਚੁੱਡੇ ਪਾੜ 'ਤੇ, ਬਹੁਤ ਕੁਛ ਕੀਤਾ, ਬਹੁਤ ਜ਼ਿਆਦਾ ਕੁਛ ਕੀਤਾ। ਜਦੋਂ ਉਹਨੇ ਸਾਨੂੰ ਇੰਨੀ ਕੁ ਹਾਲਤ ਦੱਸੀ, ਕਹਿੰਦਾ ਵੀ ਦੇਖ ਨਹੀਂ ਸਕਦੇ ਉਹਨਾਂ ਨੂੰ ਹੁਣ, ਜਿੰਨੀ ਉਹਨਾਂ ਦੀ ਹਾਲਤ ਭੇੜੀ, ਨਾ ਉਹ ਬੋਲ ਸਕਦੇ ਵਾ। ਸਾਨੂੰ ਤਾਂ ਅਸੀਂ ਤਾਂ ਦੇਖ ਹੀ ਨਹੀਂ ਸਕੇ, ਫਿਰ ਪਤਾ ਨਹੀਂ ਕਿਸ ਤਰ੍ਹਾਂ ਕਰਕੇ ਲਗਾਏ ਆ, ਕਿਵੇਂ ਲਗਾਏ ਆ। ਬਾਹਰੋਂ ਹੁਣ ਗੱਲਾਂ ਦਾ ਪਤਾ ਲੱਗਣ ਲੱਗਾ ਵੀ ਐਂ ਕੀਤਾ ਐਂ ਕੀਤਾ, ਮਗਰੋਂ ਜਿਹੜੇ ਕਿਸੇ ਨੇ ਦੇਖੇ ਹੋਣੇ ਉੱਥੇ, ਸਾਨੂੰ ਤਾਂ ਅੰਦਰ ਹੀ ਨਹੀਂ ਕਿਸੇ ਨੇ ਜਾਣ ਦਿੱਤਾ। ਉਦੋਂ ਪਹਿਲਾਂ ਅਸੀਂ ਸੰਤ ਨਾਰਾਇਣ ਸਿੰਘ ਕੋਲ ਵੀ ਗਏ ਸੀ ਜੀ, ਇਹਨਾਂ ਦੀ ਥੋੜ੍ਹੀ ਪਹੁੰਚ ਸੀਗੀ ਸਰਕਾਰ 'ਚ ਜੀ। ਇਹ ਕਹਿੰਦੇ ਵੀ ਮੈਂ ਤਾਂ ਨਹੀਂ ਕੁਛ ਕਰ ਸਕਦਾ, ਮੇਰੇ ਤਾਪ ਗੋਲੀਆਂ ਚਲਾਈਆਂ ਉਹਨਾਂ ਨੇ ਆ ਕੇ ਕੰਤੋਂ ਦੀ, ਅੱਤਵਾਦੀਆਂ ਨੇ, ਕਹਿੰਦੇ ਅੱਤਵਾਦੀਆਂ ਨੇ ਗੋਲੀਆਂ ਚਲਾਈਆਂ। ਮੈਂ ਕਿਹੜੇ ਮੂੰਹ ਨਾਲ ਜਾ ਕੇ ਕਹੂੰਗਾ ਵੀ ਇਹਨਾਂ ਨੂੰ ਛੱਡ ਦਿਓ, ਉਹ ਇਸੇ ਖਾਤਰ ਹੀ ਲੈ ਕੇ ਗਏ ਆ, ਇਹਨਾਂ ਕੋਲ ਆਉਂਦੇ ਆ ਮੁੰਡੇ। ਅਤੇ ਚੱਲ ਜੀ ਅਸੀਂ ਮੁੜਿਆ ਉੱਥੋਂ, ਫਿਰ ਅਸੀਂ ਐੱਮ ਐੱਲ ਏ ਕੋਲ ਗਏ ਸੀ, ਦਰਸ਼ਨ ਸਿੰਘ ਬਰਾੜ ਆ ਖੋਟਿਆਂ ਵਾਲਾ, ਉਦੋਂ ਐੱਮ ਐੱਲ ਏ ਮੌਕੇ 'ਤੇ ਐੱਮ ਐੱਲ ਏ ਸੀ। ਹਾਂ, ਇਹਨੇ ਵੀ ਸਾਨੂੰ ਕਿਹਾ ਬਈ ਮੈਂ ਛੁਡਾ ਤਾਂ ਨਹੀਂ ਸਕਦਾ, ਤੁਹਾਨੂੰ ਪਤਾ ਕਰ ਸਕਦਾ ਮੈਂ ਕਿੱਥੇ ਆ। ਅਸੀਂ ਕਹਿੰਦੇ ਵੀ ਸਾਨੂੰ ਹੁਣ ਪਤਾ ਵੀ ਨਹੀਂ ਲੱਗਦਾ। ਅਤੇ ਦੂਜੇ ਦਿਨ ਜਾਣੀ ਜਿਸ ਦਿਨ ਉਹ ਅਸੀਂ ਜਾਇਆ ਸੀ, ਉਦੋਂ ਗਏ ਸੀ ਇਹਨਾਂ ਕੋਲ, ਜਿੰਨੇ ਅਸੀਂ ਥਾਣੇ ਹੁੰਦੇ ਜਾ ਕੇ ਗੇੜਾ ਕੱਢਿਆ ਸੀ ਵੀ ਹੈ ਨਹੀਂ ਗੇ, ਅਸੀਂ ਕਿਹਾ ਵੀ ਅੱਜ ਸਾਨੂੰ ਪਤਾ ਨਹੀਂ ਲੱਗ ਰਿਹਾ। ਉਦਣ ਜਿੱਦਣ ਅਸੀਂ ਗੇੜਾ ਗੂੜਾ ਕੱਢਿਆ, ਉਦੋਂ ਸਾਨੂੰ ਉਹ ਇੱਕ ਬੰਦਾ ਇੱਥੇ ਹੁੰਦਾ ਸੀ ਆਪਣਾ ਗਰੇਆਲਾ, ਸੈਲਰ ਆ, ਮੈਂ ਉਹਦਾ ਨਾਂ ਨਹੀਂ ਜਾਣਦਾ, ਗਰੇਆਲੀ ਕਹਿੰਦੇ ਸੈਲਰ ਆ, ਉਹ ਇਹਨਾਂ ਨੂੰ ਛੁਡਾ ਛੁੜ ਹੁੰਦਾ ਸੀ। ਅਸੀਂ ਉਹਦੇ ਕੋਲ ਬੇਨਤੀ ਕੀਤੀ, ਉਹ ਕਹਿੰਦਾ ਮੇਰੇ ਹੱਥ ਖੜ੍ਹੇ ਆ ਹੁਣ, ਵੀ ਜਿੱਦਣ ਇਹ ਇਹਨੂੰ ਲਿਆਏ ਆ ਇੱਥੇ ਉੱਦਣ ਹੀ ਰੱਖਣਾ ਚਾਹੁੰਦਾ ਸੀ। ਇਹ ਕਹਿੰਦਾ ਸੀ ਮੈਂ ਤੋਂ ਪੁੱਛ ਗਿੱਛ ਕਰਨੀ ਆ, ਕਹਿੰਦਾ ਉੱਦਣ ਮੈਂ ਕਿਹਾ ਸੀ ਵੀ ਤੂੰ ਇਹਨੂੰ ਘਰੇ ਤਾਂ ਜਾ ਆਉਣ ਦੇ, ਬੱਚਿਆਂ ਨੂੰ ਮਿਲਿਆ ਆਉਣ ਦਿਓ, ਅੱਗੇ ਢਿੱਲੇ ਆ ਦਵਾਈ ਬੂਟੀ ਲੈਣਗੇ, ਇਹ ਕਿਹੜਾ ਭੱਜਦਿਆ ਜਦੋਂ ਮਰਜ਼ੀ ਲੈ ਆਇਓ, ਨਹੀਂ ਤਾਂ ਕਹਿੰਦਾ ਉੱਦਣ ਹੀ ਇਹਨਾਂ ਦੀ ਨੀਤ ਮਾੜੀ ਹੋਈ ਹੋਈ ਸੀ। ਅਤੇ ਹੁਣ ਤਾਂ ਕਹਿੰਦਾ ਉਹ ਐਂ ਕਹਿੰਦਾ, ਜਦੋਂ ਕੀਤੀ ਗੱਲ ਉਹ ਕਹਿੰਦਾ ਵੀ ਮੈਨੂੰ ਦੱਸੋ ਇਹਦਾ ਪਿੱਛਾ ਕੌਣ ਕਰਦਾ, ਉਹ ਦੱਸੋ ਵੀ ਜਿਹੜਾ ਕੋਈ ਮਗਰ ਆਉਂਦਾ ਨਿਬੜੀਏ। ਹਾਂ, ਚਲੋ ਜੀ ਅਸੀਂ ਫਿਰ ਉੱਥੋਂ ਨਾ ਪਤਾ ਲੱਗਾ ਤਾਂ ਸਾਰੀ ਦਿਹਾੜੀ ਫਿਰ ਤੁਰ ਕੇ ਅਸੀਂ ਫਿਰ ਬਰਾੜ ਕੋਲ ਗਏ।
ਅਸੀਂ ਕਿਹਾ ਸਾਨੂੰ ਪਤਾ ਨਹੀਂ ਲੱਗ ਰਿਹਾ ਉਹਨਾਂ ਦੇ ਕਿੱਥੇ ਆ। ਉਹ ਕਹਿੰਦਾ ਮੈਂ ਦੱਸ ਤਾਂ ਦੇਊਂਗਾ ਤੁਹਾਨੂੰ ਪਤਾ ਕਰਕੇ, ਪਰ ਛਡਾ ਨਹੀਂ ਸਕਦੇ। ਅਸੀਂ ਕਿਹਾ ਵੀ ਜੇ ਹੈ ਵੀ ਕਿਤੇ ਉਹਨਾਂ ਦਾ ਚਲਾਣ ਹੀ ਕਰਾ ਦਿਓ ਬਈ, ਚੱਲ ਜਿਹੜੇ ਜਿਹੜੇ ਜਾਣਗੇ ਅਤੇ ਚਲ। ਉਹ ਕਹਿੰਦਾ ਮੈਂ ਸਵੇਰੇ 8 ਵਜੇ ਆ ਜਾਊਂ। ਅਸੀਂ 8 ਵਜੇ ਫਿਰ ਜੀ ਜਾ ਕੇ ਇੱਥੋਂ ਇਕੱਠੇ ਹੋ ਕੇ 4-5 ਬੰਦੇ ਹੋਏ ਸੀਗੇ, ਤਿਆਰ ਹੀ ਹੋਏ ਸੀ ਅਸੀਂ ਇੱਥੇ ਜਾਣ ਨੂੰ। ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਉਹ ਆਪਦੇ ਆਪ ਨਹੀਂ, ਉਹਨਾਂ ਦੇ ਆਪਾਂ ਨੂੰ ਜਾਣਾ ਹੀ ਪੈਣਾ। ਅਤੇ ਅਸੀਂ ਤਿਆਰ ਹੀ ਹੋਏ ਸੀ, ਉਦੋਂ ਨੂੰ ਇੱਥੇ ਫੋਨ ਆ ਗਿਆ ਬਈ ਸ਼ਹਿਰ ਅਖਬਾਰ ਆ ਗਿਆ ਇੱਥੇ ਪਿੰਡ 'ਚ ਮਗਰੋਂ ਆਉਂਦਾ ਸੀ ਵੀ ਭਗੌੜਾ ਕਰਾ ਦੇ। ਫਿਰ ਅਸੀਂ ਕੀ ਜਾਣਾ ਸੀ, ਸਾਨੂੰ ਪਤਾ ਲੱਗ ਗਿਆ ਵੀ ਤਾਂ ਭਗੌੜਾ ਕਰਾਰ ਦਾ ਮਤਲਬ ਬਈ ਭੱਜ ਕੇ ਸਾਡੇ ਕੋਲੋਂ ਛੜਾ ਕੇ ਲੈ ਗਏ। ਉਹਦਾ ਮਤਲਬ ਇਹੀ ਹੁੰਦਾ ਸੀ ਹਾਂ ਵੀ ਖਤਮ ਕਰਦਾ, ਪਤਾ ਹੀ ਲੱਗ ਜਾਂਦਾ ਸਭ ਨੂੰ ਵੀ ਜਦੋਂ ਭਗੌੜਾ ਕਰਾਰ ਦੇਣ ਵੀ ਉਹ ਖਤਮ ਕਰਤਾ। ਅੱਜ ਤੱਕ ਤੁਸੀਂ ਉਹ ਕਾਨੂੰਨੀ ਲੜਾਈ ਸੰਘਰਸ਼ ਲੱਗੇ ਹੋਏ ਚੱਲੀ ਜਾਂਦਾ ਜੀ, ਉਸ ਬਸ ਸਭ ਨਾਲ ਮੱਠਾ ਹੀ ਪਿਆ ਹੋਇਆ ਸੀਗਾ, ਕਿਸੇ ਨੇ ਕੋਈ ਬਾਹਲਾ ਨਹੀਂ, ਉਦੋਂ ਕਿਸੇ ਨੇ ਵੀ ਕਿਸੇ ਲੀਡਰ ਲੂਡਰ ਨੇ ਬਾਹਲੀ ਬਾਂਹ ਨਹੀਂ ਫੜੀ। ਸਰਕਾਰਾਂ ਇੰਨੀਆਂ ਬਦਲ ਗਈਆਂ। ਹਾਂਜੀ ਹਾਂਜੀ, ਉਦੋਂ ਵੀ ਉਸ ਦਿਨ ਵੀ ਜਦੋਂ ਸ਼ਹੀਦ ਕਰਤੇ ਫਿਰ ਆਉਣ ਲੱਗੇ ਆ, ਫਿਰ ਕੋਈ ਫਾਇਦਾ ਨਹੀਂ ਸੀਗਾ ਕਿਉਂਕਿ ਪਹਿਲਾਂ ਕਿਸੇ ਨੇ ਧਰਨ ਨਹੀਂ ਲਾਇਆ ਕਿ ਇੱਥੇ ਬਈ ਉਹ ਕਿੱਥੇ ਆ ਕਿੱਥੇ, ਕਿਸੇ ਨੇ ਬਾਅਦ ਸਾਡਾ ਤਾਂ ਕੋਈ ਨਾ ਤਾਂ ਜਾਣ ਦਾ ਟਾਈਮ ਸੀ ਨਾ ਹੀ ਸਾਡੀ ਕੋਈ ਉਦੋਂ ਬਾਅਦ ਪੁੱਛਦਾ ਸੀ ਕਿਉਂਕਿ ਸਰ ਉੱਧਰ ਹੀ ਰੁੱਝੇ ਸੀ, ਉਹ ਤਾਂ ਨਾਲੇ ਪਰਿਵਾਰ ਦਾ ਕਿਹੜਾ ਇਕੱਲਿਆਂ ਦਾ ਸੀ, ਉਹ ਸਾਰੀ ਕੌਮ ਦਾ ਹੱਕ ਬਣਦਾ ਸੀ। ਅਤੇ ਬਸ ਉਹ ਜਿੱਦਣ ਐਲਾਨ ਕਰਤਾ ਉਹਨਾਂ ਨੇ ਫਿਰ ਇੱਥੇ ਆਏ ਸੀਗੇ, ਕੁਛ ਇੱਥੇ ਰੋਕ ਰਾਕ ਲਏ। ਮਾਨ ਸਾਹਿਬ ਅੱਗੋਂ ਆ ਗਏ ਸੀ, ਪਤਾ ਨਹੀਂ ਅੱਗੋਂ ਆ ਗਏ ਪਤਾ ਨਹੀਂ ਕਿਵੇਂ ਆਏ, ਉਹ ਜਾਣੀ ਉਹ ਆ ਗਏ ਸੀ, ਹੋਰ ਤਾਂ ਰੋਕ ਰਾਕ ਲਏ ਪਿੱਛੇ ਟੌੜਾ ਸਾਹਿਬ ਇਹੋ ਜਿਹੇ ਸਭ ਰੋਕ ਰਾਕ ਲਏ ਸੀ। ਬਸ ਇਹੋ ਜਿਹਾ ਚੱਲਦਾ ਰਿਹਾ ਜੀ। ਤਾਂ ਇਹ ਸਰਦਾਰ ਜਗਜੀਤ ਸਿੰਘ ਨੇ ਪਿੰਡ ਕੌਂਕੇ ਕਲਾਂ ਦੇ ਜਿਹੜੇ ਉਸ ਵੇਲੇ ਇਸੇ ਗੁਰਦੁਆਰਾ ਸਾਹਿਬ ਦੇ ਅੰਦਰ ਮੌਜੂਦ ਸੀ, ਜਿੱਥੋਂ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਹੋਰਾਂ ਨੂੰ ਪੁਲਿਸ ਗ੍ਰਿਫਤਾਰ ਕਰਕੇ ਲੈ ਜਾ ਕੇ ਜਾਂਦੀ ਹੈ, ਜਿਉਂਦੇ ਜਾਗਦਿਆਂ ਇੱਥੋਂ ਸਾਰੇ ਪਿੰਡ ਦੇ ਸਾਹਮਣੇ ਇਹਨਾਂ ਚਸ਼ਮਦੀਦਾਂ ਦੇ ਸਾਹਮਣੇ ਲੈ ਕੇ ਜਾਂਦੇ ਨੇ 25 ਦਸੰਬਰ ਨੂੰ। ਅਤੇ ਕਹਿੰਦੇ ਨੇ ਅਸੀਂ ਤਾਂ ਗ੍ਰਿਫਤਾਰ ਹੀ ਨਹੀਂ ਕੀਤਾ, ਅਤੇ ਬਾਅਦ 'ਚ 2 ਜਨਵਰੀ ਨੂੰ ਗ੍ਰਿਫਤਾਰੀ ਵਿਖਾਉਂਦੇ ਨੇ ਕਿ ਅਸੀਂ 2 ਜਨਵਰੀ ਨੂੰ ਅੱਜ ਗ੍ਰਿਫਤਾਰ ਕੀਤਾ। ਅਤੇ ਉਹ ਵੀ ਦੱਸਦੇ ਨੇ ਕਿ ਉਸ ਵੇਲੇ ਤੱਕ ਉਹਨਾਂ ਦੀ ਮੌਤ ਹੋ ਚੁੱਕੀ ਸੀ, ਉਹਨਾਂ ਨੂੰ ਮਾਰ ਦਿੱਤਾ ਗਿਆ ਸੀ ਤਸੀਹੇ ਦੇ ਕੇ, ਐਸਾ ਪਰਿਵਾਰ ਦਾ ਦਾਅਵਾ ਹੈ, ਪਰਿਵਾਰ ਦਾ ਕਹਿਣਾ। ਅਤੇ 4 ਤਰੀਕ ਤੱਕ ਕਹਿੰਦੇ ਨੇ ਕਿ ਪੁਲਿਸ ਕਹਿੰਦੀ ਹੈ ਕਿ ਉਹ ਭਗੌੜੇ ਨੇ, ਅਤੇ ਅੱਜ ਤੱਕ ਪੁਲਿਸ ਦੇ ਰਿਕਾਰਡ 'ਚ ਉਹਨਾਂ ਨੂੰ ਭਗੌੜਾ ਦੱਸਿਆ ਜਾ ਰਿਹਾ। ਪਰਿਵਾਰ 31 ਸਾਲ ਤੋਂ ਇਹ ਲੜਾਈ ਲੜ ਰਿਹਾ ਕਿ ਘੱਟੋ ਘੱਟ ਇਹਨਾਂ ਤਾਂ ਦੱਸੋ ਕਿ ਉਸ ਦਿਨ ਹੋਇਆ ਕੀ, ਉਹਨਾਂ ਦੇ ਨਾਲ ਕੀ ਕੁਝ ਵਾਪਰਿਆ, ਕੀ ਕੁਝ ਕੀਤਾ ਗਿਆ, ਅਤੇ ਉਹਦੇ ਲਈ ਜ਼ਿੰਮੇਵਾਰ ਕੌਣ ਹੈ, ਆਖਿਰ ਕਦੋਂ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਮਿਲੇਗੀ। ਹਲੇ ਵੀ ਇੰਤਜ਼ਾਰ ਬਾਕੀ ਹੈ। ਬਾਅਦ 'ਚ ਵੀ ਗਏ ਹਾਂ ਜੀ। ਜੀ, ਬਾਅਦ 'ਚ 2 ਹੋਰ ਜਿਹੜੇ ਫੜੇ ਹੋਏ ਸੀ ਉੱਥੋਂ ਜੀ, ਉਹ ਉੱਥੇ ਘਰੇ ਪੈਂਦੇ ਹੁੰਦੇ ਸੀ, ਅਤੇ ਉਹ ਕਣਕ ਕਿੰਨਾ ਦੀ ਪੈੜੀ ਆ ਜਿਹੜੀ ਨਾਲ ਘਰ ਦੇ ਲੱਗਦੀ, ਉਹਨਾਂ ਕੋਲ ਮਾਮਲੇ 'ਤੇ ਸੀ ਜੀ, ਅਤੇ ਉਹ ਮੋਟਰ ਬਾਟਰ 'ਤੇ ਉੱਥੇ ਚਲਾਉਂਦੇ ਸੀ, ਅੰਦਰ ਮੋਟਰ ਸੀ। ਅਸੀਂ ਉਹਨਾਂ ਬਾਬਤੀ ਮਗਰ ਜਾਂਦੇ ਰਹੇ ਵੀ ਕਿਤੇ ਇਹਨਾਂ ਨੂੰ ਨਾ ਕਰ ਦੇਣ, ਅਤੇ ਚੱਲ ਉੱਥੋਂ ਅਸੀਂ ਉਸੇ ਗਰੇ ਵਾਲ ਨੂੰ ਫਿਰ ਕਿਹਾ ਵੀ ਇਹਨਾਂ ਨੂੰ ਤਾਂ ਛੜਾ ਦਿਓ ਨਹੀਂ ਇਹਨਾਂ ਨੂੰ, ਉਹਨਾਂ ਨੇ ਉਹਨੇ ਫਿਰ ਕਹਿੰਦਾ ਮੈਨੂੰ ਤੁਸੀਂ ਇੱਥੇ ਖੜ੍ਹ ਜਾਓ ਸਟਾਫ ਕੋਲ, ਜਦੋਂ ਇੱਥੇ ਆਏ ਸਾਨੂੰ ਦੱਸ ਦਿਓ। ਸਾਰੇ ਆ ਗਏ ਇੱਥੇ, ਅਸੀਂ ਦੱਸਤਾ ਸੱਦ ਲੈਂਦਾ ਉਹਨੂੰ, ਉਹ ਗਿਆ ਅੰਦਰੋਂ, ਉਹਨੇ ਗੱਲਬਾਤ ਕਰਕੇ ਸਾਨੂੰ ਕਹਿੰਦਾ ਵੀ ਛੱਡ ਦੇਣਗੇ ਹੱਥ ਨੂੰ ਵੀ ਤੁਸੀਂ ਉੱਥੇ ਜਾ ਵੜਿਓ। ਫਿਰ ਉਹ ਛੱਡਤੇ ਨਹੀਂ, ਤੈਨੂੰ ਦੱਸਦੇ ਜੀ। ਮੈਂ ਕਿਹਾ ਜੀ ਤੁਸੀਂ ਛੜਾ ਦਿਓ ਹੱਥ ਨੇ, ਸਾਨੂੰ ਡਰ ਲੱਗਦਾ। ਕਹਿੰਦਾ ਉਹ ਇਉਂ ਨਹੀਂ ਛੱਡਦੇ ਬਈ, ਕੋਈ ਗੱਲ ਕਿਤੇ ਲੀਕ ਨਾ ਹੋ ਜਾਵੇ ਬਾਹਰ ਥਾਣੇ 'ਚ, ਉਹ ਥਾਣੇ 'ਚ ਸੀ ਨਾ ਵੀ, ਇਹ ਡਰਦੇ ਆ। ਮੈਂ ਕਿਹਾ ਜੀ ਅਸੀਂ ਜ਼ਿੰਮੇਵਾਰੀ ਲੈਂਦੇ ਹਾਂ,
ਕਹਿੰਦਾ ਅਖਬਾਰਾਂ ਵਾਲੇ ਆਉਣਗੇ ਇਹਨਾਂ ਕੋਲੇ, ਤੇ ਉਹ ਜਿਵੇਂ ਕਹਿੰਦੇ ਉਹ ਲੇਡੀ ਦੀ ਗੱਲ ਲੀਕ ਹੋ ਗਈ ਸੀ, ਉਹਦੇ ਡਰਦੇ ਆ ਇਹ। ਮੈਂ ਕਿਹਾ ਜੀ ਅਸੀਂ ਜ਼ਿੰਮੇਵਾਰੀ ਲੈਂਦੇ ਇਹਨਾਂ ਨੂੰ, ਪਿੰਡ ਹੀ ਨਹੀਂ ਰੱਖਦੇ ਅਸੀਂ, ਕਿਤੇ ਕਿਤੇ ਲੁਕੋਈਏ। ਫਿਰ ਉਹ ਕਹਿੰਦਾ ਅਸੀਂ ਕਿਹਾ ਤੁਸੀਂ ਕਰ ਲਓ, ਕਹਿੰਦਾ ਮੈਂ ਜਾਣਾ। ਫਿਰ ਅੰਦਰ ਗਿਆ ਉਹ, ਅੰਦਰ ਜਾ ਕੇ ਸਾਨੂੰ ਕਹਿੰਦਾ ਤੁਸੀਂ ਚਲੇ ਜਾਓ। ਅਸੀਂ ਦੋ ਜਾਣੇ ਸੀ ਜੀ, ਇੱਕ ਉਹ ਮੁੰਡਾ ਸੀ ਜਿਹਦਾ ਭਰਾ ਸੀ, ਇੱਕ ਮੈਂ ਸੀ, ਇੱਕ ਹੋਰ ਬਜ਼ੁਰਗ ਸੀਗਾ। ਅਸੀਂ ਦੋਵੇਂ ਅੰਦਰ ਚਲੇ, ਉਹ ਚਾਰ ਜਾਣੇ ਬੈਠੇ ਸੀ ਜੀ, ਕਮਲਜੀਤ ਅਤੇ ਗੁਰਮੀਤ ਸਿੰਘ, ਉਹ ਦੂਜੇ ਸ਼ਨੀ ਜਿਹਨਾਂ ਦੇ ਥਾਂ ਆਏ ਹੋਣਗੇ, ਮੈਂ ਸਾਨੂੰ ਉਹਨਾਂ ਨਹੀਂ ਪਤਾ, ਜਾਂ ਤਾਂ SSP ਦੇ ਥਾਂ ਆਇਆ ਹੋ ਕੋਈ। ਅਤੇ ਉਹਨਾਂ ਨੇ ਸਾਨੂੰ ਪੁੱਛਿਆ, ਆਓ ਜੀ, ਕਹਿੰਦੇ ਕਿਵੇਂ ਆਏ ਹਾਂ? ਅਸੀਂ ਕਿਹਾ ਜੀ ਅਸੀਂ ਅੱਜ ਜਿਹੜੇ ਤੁਹਾਡੇ ਗਰਿਆ ਸਾਹਿਬ ਕਹਿ ਕੇ ਗਏ ਆ ਵੀ ਇਹ ਉਹਨੀ ਬਾਤ 'ਤੇ ਆਏ ਆ। ਕਹਿੰਦਾ ਉਹ ਕਿੱਥੋਂ ਚੱਕੇ ਆ? ਮੈਂ ਕਿਹਾ ਜੀ ਜਥੇਦਾਰ ਸਾਹਿਬ ਦੇ ਘਰੋਂ ਚੱਕੇ ਆ। ਅੱਛਾ, ਇਹਨਾਂ ਦੇ ਨਾਲ ਹੀ ਲੈ ਗਏ ਸੀ? ਹਾਂਜੀ, ਦੂਏ ਦਿਨ ਲੈ ਗਏ ਮੇਰਾ ਖਿਆਲ, ਦੂਏ ਦਿਨ। ਹਾਂ, ਅਤੇ ਮਗਰ ਉਹ ਗੇੜੇ ਮਾਰਦੇ ਸੀ ਨਾ ਇੱਥੇ, ਬਈ ਕੋਈ ਆਉਂਦਾ ਇਹਨਾਂ ਦੇ ਘਰ, ਕੌਣ ਆਉਂਦਾ? ਅਤੇ ਅਸੀਂ ਕਿਹਾ ਜੀ ਉੱਥੋਂ ਚੱਕਿਆ। ਕਹਿੰਦਾ ਉੱਥੇ ਕਰਦੇ ਸੀ ਉਹ। ਮੈਂ ਕਿਹਾ ਜੀ ਉਹਨਾਂ ਦੀ ਪੈੜੀ ਲਈ ਹੋਈ ਆ ਮਾਮਲੇ 'ਤੇ, ਉੱਥੋਂ ਪਾਰਦੇ ਆ ਉਹ, ਮੋਟਰ ਵੇਲੇ ਕੁ ਵੇਲੇ ਆਉਂਦੀ ਆ, ਚਲੀ ਜਾਂਦੀ ਆ, ਉੱਥੇ ਐਂ ਪੈਂਦੇ ਸੀ। ਕਹਿੰਦਾ ਜਥੇਦਾਰ ਕਿਹੋ ਜਿਹਾ ਬੰਦਾ? ਮੈਂ ਕਿਹਾ ਜੀ ਸਾਡੇ ਭਾਰ ਤਾਂ ਉਹ ਸਿਰਫ ਬੰਦਾ ਹੀ ਨਹੀਂ ਹੈ ਕੋਈ, ਉਹ ਇਹ ਮਾਰਨ ਤੋਂ ਬਾਅਦ ਦੀਆਂ, ਮਾਰਨ ਤੋਂ ਬਾਅਦ ਦੀਆਂ ਜੀ। ਉਹ ਐਂ ਤਾਂ ਨਹੀਂ ਕਹਿੰਦੇ ਸੀ ਮਾਰਤਾ, ਸਾਨੂੰ ਵੀ ਕਿਹਾ, ਕਹਿੰਦਾ ਤੁਸੀਂ ਉੱਥੇ ਉਹਨਾਂ ਨੇ ਪਾਠ ਧਰਾਈ ਫਿਰਦੇ ਆ, ਉਹ ਤਾਂ ਭਗੌੜੇ ਆ। ਮੈਂ ਕਿਹਾ ਜੀ ਪਾਠ ਤਾਂ ਸਾਡਾ ਧਰਾਇਆ ਨਹੀਂ। ਕਹਿੰਦਾ ਨਹੀਂ, ਗੁਰਦੁਆਰੇ ਸਾਹਿਬ ਦੇਖ ਕੇ ਆਏ ਹਾਂ, ਇਕੱਠੇ ਸੀਗੇ ਸਵੇਰੇ ਸੀ, ਹਰ ਰੋਜ਼ ਹੀ ਨਿਤਨੇ ਮੇਲੇ ਭੋਗ ਪਾਉਣੇ ਆ। ਅਤੇ ਕਹਿੰਦਾ ਤੂੰ ਤੁਸੀਂ ਕਹਿਤਾ ਵੀ ਚੰਗਾ ਸੀ, ਕਿਵੇਂ 'ਚ ਕਹਿਤਾ ਚੰਗਾ ਸੀ? ਮੈਂ ਕਿਹਾ ਜੀ ਸਾਡੀ ਜ਼ਿੰਦਗੀ ਬਣ ਗਈ, ਅਸੀਂ ਦਾਰੂ ਦੂਰ ਪੀਂਦੇ ਸੀਗੇ, ਉਹਨਾਂ ਦੇ ਪ੍ਰਚਾਰ ਨਾਲ ਰਹਿਣ ਨਾਲ ਸਾਡੀ ਜ਼ਿੰਦਗੀ ਬਣ ਗਈ, ਅਸੀਂ ਦਾਰੂ ਦੂਰ ਛੱਡ ਗਏ। ਫਿਰ ਬੋਲੇ ਬਹੁਤ, ਇਹ ਗੁਰਮੀਤ ਸਿੰਘ ਬੋਲ ਰਿਹਾ ਸੀ? ਗੁਰਮੀਤ ਸਿੰਘ ਜੀ, ਹਾਂਜੀ। ਕਹਿੰਦਾ ਜਿਹਨਾਂ ਦੀ ਜ਼ਿੰਦਗੀ ਗੁਆਤੀ? ਮੈਂ ਕਿਹਾ ਜੀ ਐਂ ਅਸੀਂ ਤਾਂ ਨਹੀਂ ਕਹਿ ਸਕਦੇ ਗੁਆਤੀ ਕਿਸੇ ਦੀ, ਬਿਲਕੁਲ ਨਹੀਂ। ਇਹੋ ਜਿਹਾ ਤਾਂ ਇਹੋ ਜਿਹਾ ਹੈ ਹੀ ਨਹੀਂ ਸੀ ਉਹ, ਉਹ ਤਾਂ ਕਿਸੇ ਨੂੰ ਕਹਿੰਦੇ ਨਹੀਂ ਸੀ ਕੋਈ ਐਂ ਕਰੋ ਜਾਂ ਕਰੋ, ਵੀ ਕੋਈ ਭੜਕਾਓ ਪ੍ਰਚਾਰ ਨਹੀਂ ਸੀ ਕਰਦੇ। ਕਹਿੰਦਾ ਸੋਨੂੰ ਫਿਰ ਕੀ ਕਹਿੰਦੇ? ਮੈਂ ਕਿਹਾ ਸਾਨੂੰ ਕਹਿੰਦੇ ਸੀ ਅੰਮ੍ਰਿਤ ਛਕੋ, ਬਾਣੀ ਪੜ੍ਹੋ ਅਤੇ ਆਪਦਾ ਕੰਮ ਕਰੋ, ਆਪਦੀ ਖੇਤੀਬਾੜੀ ਜਿਵੇਂ ਹੀ ਕਰਦੇ ਆ ਇਮਾਨਦਾਰੀ ਨਾਲ ਕੰਮ ਕਰੋ, ਬਸ ਆਹ ਗੱਲਾਂ ਸੀ ਉਹਨਾਂ ਦੀਆਂ। ਅਤੇ ਇਹ ਤਾਂ ਐਵੇਂ ਬਸ ਬਣਾਇਆ ਹੋਈ ਆ, ਅਤੇ ਫਿਰ ਸਾਨੂੰ ਤੁਸੀਂ ਕਹਿੰਦੇ ਹੋ ਐਂ ਹੋ ਗਿਆ ਜਿਉਂ ਹੋਇਆ, ਬਹੁਤ ਕੁਛ ਕਿਹਾ, ਅਤੇ ਜਾਓ ਚਲੇ ਜਾਓ ਅਸੀਂ ਛੱਡ ਦਿਆਂਗੇ, ਗਰਮ 'ਚ ਬੋਲੇ। ਅਸੀਂ ਚੁੱਪ ਕਰਕੇ ਆ ਗਏ ਅਸੀਂ, ਪਰ ਉਹ ਉੱਥੇ ਆ ਕੇ ਮੁਨਸ਼ੀ ਨਾਲ ਗੱਲ ਕੀਤੀ, ਥਾਣੇ 'ਚ ਗਏ ਨਹੀਂ ਸੀ। ਉਹ ਕਹਿੰਦਾ ਵੀ ਮੈਨੂੰ ਫੋਨ ਆ ਗਿਆ ਵੀ ਛੱਡਣੇ ਆਏ, ਮੈਂ ਪਰ ਹਨੇਰੇ ਹੋਏ ਛੱਡੇ। ਅਸੀਂ ਬੈਠੇ ਰਹੇ, ਫਿਰ ਹਨੇਰੇ ਹੋਏ ਉਹ ਛੱਡਤੇ, ਛੱਡਤੇ ਜੀ ਅਸੀਂ ਲੈ ਕੇ ਆਏ। ਫਿਰ ਉਹਨਾਂ ਨੇ ਆ ਕੇ ਤੁਹਾਨੂੰ ਦੱਸਿਆ ਵੀ ਸਾਡੇ ਸਾਹਮਣੇ ਵੀ ਕੁੱਟਮਾਰ ਹੋਈ? ਉਹ ਬਹੁਤ ਕੁਛ, ਬਸ ਉਹਨਾਂ ਨੂੰ ਕੋਲੇ ਤਾਂ ਜਾਣ ਨਹੀਂ ਸੀ ਦਿੰਦੇ, ਨਹੀਂ ਦੇਖੇ ਨਹੀਂ ਉਹਨਾਂ ਨੇ, ਉਹਨਾਂ ਨੇ ਰੌਲਾ ਸੁਣਿਆ, ਰੌਲਾ ਸੁਣਦੇ ਸੀ, ਵਾਜਾਂ ਚੀਕਾਂ ਕੁੱਟਮਾਰ। ਉਹਨਾਂ ਨੂੰ ਪਤਾ ਹੀ ਸੀ, ਇੰਨੀ ਗੱਲ ਤਾਂ ਉਹਨਾਂ ਨੇ ਕਹੀ ਸੀ। ਕਹਿੰਦੇ ਲਾਈਟਾਂ ਬੁਝਾ ਕੇ ਅੰਦਰੋਂ ਨਿਕਲਿਆ ਇਹ, ਉਦੋਂ ਲਿਆਂਦਾ ਆਪਣਾ ਉਹ ਫੋਰ ਵੀਲਰ ਜਿਹੜਾ ਆਪਣਾ ਸੱਤ ਕੀ ਕਹਿੰਦੇ ਉਹਨੂੰ, ਹਾਂ 407 ਉਹ ਲਿਆਂਦਾ। ਕਹਿੰਦਾ ਉਹ ਅੰਦਰ ਆਇਆ, ਪਰ ਜਦੋਂ ਨਿਕਲਿਆ ਲਾਈਟਾਂ ਬੁਝਾ ਕੇ ਨਿਕਲਿਆ, ਉਹਦੇ 'ਤੇ ਰੱਖ ਕੇ ਲੈ ਕੇ ਜੀ ਉਦੋਂ, ਅਤੇ ਗੋਲੀ ਚੱਲਦੀ ਸੁਣੀ ਉਹਨਾਂ ਨੇ? ਨਹੀਂ, ਗੋਲੀ ਨਹੀਂ ਉਹਨਾਂ ਨੇ, ਉਹਨਾਂ ਨੇ ਨਹੀਂ ਸੁਣਿਆ ਸ਼ਾਇਦ ਗੋਲੀ ਨਾ ਚਲਾ ਵੀ, ਉਵੇਂ ਉਹਨਾਂ ਨੇ ਖਤਮ ਤਾਂ ਉਵੇਂ ਹੋਏ ਪਏ ਸੀ ਉਹ। ਹਾਲਤ ਉਹਨਾਂ ਨੇ ਬਹੁਤ ਖਰਾਬ ਕੀਤੀ ਸੀ ਜਿਵੇਂ ਬਸ ਪੂਰਾ ਹੀ। ਤਾਂ ਇਹ ਚਸ਼ਮਦੀਦ ਜਗਜੀਤ ਸਿੰਘ ਹੋਣੀ ਜਿਹੜੇ ਕਹਿੰਦੇ ਨੇ ਕਿ ਦੋ ਲੋਕ ਹੋਰ ਉੱਥੇ ਉਸ ਵੇਲੇ ਅੰਦਰ ਬੰਦ ਕੀਤੇ ਹੋਏ ਸੀ, ਜਿਹਨਾਂ ਨੂੰ ਬਾਅਦ ਦੇ ਵਿੱਚ ਛੱਡ ਦਿੱਤਾ ਗਿਆ, ਅਤੇ ਉਹਨਾਂ ਨੇ ਵੀ ਇਸ ਤਸ਼ੱਦਦ ਦੀ ਕਹਾਣੀ ਬਾਹਰ ਆ ਕੇ ਬਿਆਨ ਕੀਤੀ ਆ। ਤਾਂ ਸੱਚ ਸਾਹਮਣੇ ਆਉਣ ਦਾ ਹਲੇ ਵੀ ਇੰਤਜ਼ਾਰ ਹੈ। ਡਰਦਾ ਦੱਸਦਾ ਨਹੀਂ ਸੀ ਜੀ ਉਸ ਟਾਈਮ 'ਤੇ, ਨਹੀਂ ਕੋਈ ਦੱਸਦਾ, ਮਗਰੋਂ ਦੱਸਣ ਲੱਗੇ ਆ ਸਭ ਜੀ।
ਕਿਉਂਕਿ ਉਹਨਾਂ ਨੇ ਉਦੋਂ ਹੀ ਚੱਕ ਲੈਣਾ ਸੀ ਉਹ ਵੀ ਜੀ, ਛੱਡਣਾ ਕਿਸੇ ਨੂੰ ਨਹੀਂ ਸੀ। ਤਾਂ ਉਹੀ ਸੱਚ ਪੜਤਾਲਣ ਦੀ ਕੋਸ਼ਿਸ਼ ਜਾਰੀ ਹੈ। ਕੈਮਰਾਮੈਨ ਰਜਿੰਦਰ ਕੁਮਾਰ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18, ਪਿੰਡ ਰਾਓਕੇ ਕਲਾਂ।